ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹੋ ਸ਼ੁਪਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਕਿੰਗ ਐਂਟਰਟੇਨਮੈਂਟ ਟੈਲੀਵਿਜ਼ਨ, ਜਿੱਥੇ ਤੁਹਾਨੂੰ ਮਿਲਣ ਵਾਲੀ ਹੈ ਬਾਲੀਵੁੱਡ ਤੋਂ ਬਾਲੀਵੁੱਡ ਨਾਲ ਜੁੜੀਆਂ ਹਰੇਕ ਲੇਟੈਸਟ ਅਪਡੇਟ। ਜੇ ਤੁਸੀਂ ਸਾਡੇ ਚੈਨਲ ਦਾ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਤਾਂ ਕਿ ਤੁਹਾਡੇ ਤੋਂ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਮੇਜਰ ਅਪਡੇਟ ਵੱਲ। ਇਹ ਅਪਡੇਟ ਜਿਹੀ ਹੈ ਪੰਜਾਬੀ ਸਿੰਗਰ ਬੈਵੀ ਧੰਜਲ ਵੱਲੋਂ, ਜਿਹਨੇ ਇੱਕ ਨਵੇਂ ਪੰਜਾਬੀ ਸੌਂਗ ਦੀ ਅਨਾਊਂਸਮੈਂਟ ਕਰ ਦਿੱਤੀ ਹੈ, ਜਿਸ ਦਾ ਟਾਈਟਲ ਹੈ ਜ਼ੁਲਫਾਂ ਦੀ ਕੈਦ। ਅਤੇ ਉਸ ਸੌਂਗ ਦੀ ਕ੍ਰੈਡਿਟ ਦੀ ਗੱਲ ਕਰੀਏ, ਇਸ ਨੂੰ ਗਾਇਆ ਗਿਆ ਹੈ ਬੈਵੀ ਧੰਜਲ ਵੱਲੋਂ ਅਤੇ ਇਹਦੀ ਵੀ ਫੀਚਰਿੰਗ ਕਰਦੇ ਉਹਨਾਂ ਦੇ ਨਾਲ ਨਜ਼ਰ ਆਉਣਗੇ ਪੂਨਮ ਸੋਹਲ। ਲਿਰਿਕਸ ਲਿਖੇ ਗਏ ਚੰਨ ਬੋਪਾ ਰਾਏ ਵੱਲੋਂ ਅਤੇ ਮਿਊਜ਼ਿਕ ਅਤੇ ਕੰਪੋਜ਼ ਕੀਤਾ ਗਿਆ ਹੈ ਖੁਦ ਬੈਵੀ ਧੰਜਲ ਵੱਲੋਂ। ਇਹਦਾ ਪੋਸਟਰ ਡਿਜ਼ਾਈਨ ਕੀਤਾ ਗਿਆ ਹੈ ਜਗਸੀਰ ਸੰਧੂ ਵੱਲੋਂ। ਤੁਹਾਨੂੰ ਦੱਸ ਦਈਏ, ਇਹ ਜੋ ਸੌਂਗ ਹੈ 25 ਅਪ੍ਰੈਲ ਨੂੰ ਜਸ ਰਿਕਾਰਡਸ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਸੋ ਕੌਣ ਕੌਣ ਇੰਤਜ਼ਾਰ ਕਰ ਰਿਹਾ ਹੈ ਬੈਵੀ ਧੰਜਲ ਜੀ ਦੇ ਇਸ ਨਵੇਂ ਪੰਜਾਬੀ ਸੌਂਗ ਜ਼ੁਲਫਾਂ ਦੀ ਕੈਦ ਦਾ? ਸਾਨੂੰ ਕਮੈਂਟ ਸੈਕਸ਼ਨਾਂ ਵਿੱਚ ਜ਼ਰੂਰ ਦੱਸੋ। ਸੋ ਕਿਵੇਂ ਲੱਗੀ ਤੁਹਾਨੂੰ ਸਾਡੀ ਅਪਡੇਟ? ਤੁਸੀਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਜੇ ਤੁਸੀਂ ਵੀ ਸਿੰਗਰ, ਰਾਈਟਰ, ਐਕਟਰ ਜਾਂ ਫਿਲਮ ਇੰਡਸਟਰੀ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਹੋ ਅਤੇ ਤੁਸੀਂ ਵੀ ਆਪਣੀ ਇੰਟਰਵਿਊ ਕਿੰਗ ਐਂਟਰਟੇਨਮੈਂਟ ਟੈਲੀਵਿਜ਼ਨ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ ਅਤੇ ਨਾਲ ਦੇ ਨਾਲ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਥੈਂਕਸ ਫਾਰ ਵਾਚਿੰਗ। ਕੀਪ ਸ਼ੇਅਰ।